ਕਿੰਨੀਆਂ ਮੱਝਾਂ ਰੱਖੀਆਂ? ਮੱਝ ਇੱਕ ਆਈ ਆਪਣੇ। ਇੱਕ ਮੱਝ ਇੰਨੇ ਪੱਠੇ? ਹਾਂ ਹੈ ਕਿ ਦੋ ਤਿੰਨ ਦਿਨਾਂ ਦੇ ਇਕੱਠੇ ਹੀ ਵਾਧੂ ਪਾਈ ਦੇ ਪੱਠੇ ਮੱਝ ਨੂੰ? ਪੱਠੇ ਹਰੇ ਹਰੇ ਨੇ, ਕੱਲੀ ਤੂੜੀ ਤੇ ਨਹੀਂ ਰਿਆਈ ਰੱਖੀ ਦੀ ਹੈ। ਜਿਹੜੀ ਘੋਟਣੇ ਦੀ ਕੁੱਟੀ ਚਟਣੀ, ਤੂੜੀ ਦੀ ਰਿੱਝੀ ਦਾਲ ਤੇ ਚੁੱਲ੍ਹੇ ਦੇ ਬਣੇ ਹੋਏ ਪ੍ਰਸ਼ਾਦੇ ਤੇ ਜਿਹੜੀਆਂ ਉਹ ਚੀਜ਼ਾਂ ਸੀ, ਉਹ ਗੈਸ ਤੇ ਥੋੜੇ ਉਹ ਜਿਹੇ ਟੇਸਟੀ ਰਹਿ ਗਏ, ਖਤਮ ਹੋ ਗਏ ਬਿਲਕੁਲ। ਉਹ ਸਵਾਦ ਹੁਣ ਸਾਰੇ ਵੱਖਰੇ ਹੀ ਹੋ ਗਏ। ਬੜਾ ਪੁਰਾਣਾ ਟਰੱਕ ਆ, ਕਿੰਨਾ ਕੁ ਪੁਰਾਣਾ? ਇਹ ਬਸ ਉਹਦੇ ਜਨਮ ਤੋਂ ਪਹਿਲਾਂ ਦਾ ਹੀ ਆ। ਅੱਛਾ, ਮੇਰੇ ਜਨਮ ਤੋਂ ਪਹਿਲਾਂ ਦਾ? ਉਹ ਜਿੱਟੀ ਰੋਡ ਤੇ ਦਹਾਈਆਂ ਪਾਵੇ, ਉਹ ਯਾਰਾਂ ਦਾ ਟਰੱਕ ਬੱਲੀਏ। ਸੱਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਹੈਪੀ ਭਗਤਾ ਤੇ ਸਾਡੀ ਪੂਰੀ ਟੀਮ ਤੁਹਾਨੂੰ ਲੈ ਕੇ ਆਈ ਹੈ। ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਮਹਿਲਖੁਰਦ। ਮਹਿਲਖੁਰਦ ਪਿੰਡ, ਇਸ ਪਿੰਡ ਦਾ ਇੱਕ ਨੌਜਵਾਨ ਹੈ, ਗੀਤ ਗਾਉਂਦਾ ਜੀ ਗਲੀਆਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ, ਸਾਈਂ ਸੁਲਤਾਨ। ਅੱਜ ਉਹਦੇ ਨਾਲ ਵੀ ਕਰਾਂਗੇ ਗੱਲਾਂ, ਸੱਤ 'ਚ ਸੁਣਾਂਗੇ ਗਾਣੇ ਅਤੇ ਆਓ ਫਿਰ ਚੱਲੀਏ ਦੇਖਣ ਮਹਿਲਖੁਰਦ। ਹਾਂ ਬਾਈ, ਕੀ ਹਾਲ ਨੇ? ਠੀਕ ਹੈ ਜੀ, ਬਹੁਤ ਵਧੀਆ। ਕਿਵੇਂ ਪੂਰੀ ਲਹਿਰ ਫਹਿਰ? ਪੂਰੇ ਵਧੀਆ। ਪੱਠੇ ਲਿਆਂਦੇ ਦੁਪਹਿਰੇ? ਹਾਂ ਜੀ ਦੁਪਹਿਰੇ ਆਏ। ਕਿੰਨੀਆਂ ਮੱਝਾਂ ਰੱਖੀਆਂ? ਮੱਝ ਇੱਕ ਆਈ ਆਪਣੇ। ਇੱਕ ਮੱਝ ਇੰਨੇ ਪੱਠੇ? ਹਾਂ ਜੀ। ਹੈਂ ਕਿ ਦੋ ਤਿੰਨ ਦਿਨਾਂ ਦੇ ਇਕੱਠੇ ਹੀ? ਵਾਧੂ ਪਾਈ ਦੇ ਪੱਠੇ ਮੱਝ ਨੂੰ। ਪੱਠੇ ਹਰੇ ਹਰੇ? ਕੱਲੀ ਤੂੜੀ ਤੇ ਨਹੀਂ ਰਿਆਈ ਰੱਖੀ ਦੀ? ਤੂੜੀ ਰਿਆਈ। ਅੱਛਾ, ਤੇ ਹੋਰ ਕੀ ਕੰਮ ਕਰਦੇ ਹੋ? ਬਸ ਖੇਤੀ ਕਰਦੇ ਹਾਂ। ਕੱਲੀ ਖੇਤੀ? ਹਾਂ। ਕੋਈ ਹੋਰ ਗਾਉਣ ਵਜਾਉਣ ਨਹੀਂ ਕਰਦੇ? ਬਾਕੀ ਸ਼ੂਟਿੰਗ ਸ਼ਾਟਿੰਗ ਜਾਇਆ ਜੀ ਦਾ। ਕਦੇ ਕਦੇ? ਕਦੇ ਕਦੇ। ਰੋਲ ਰੂਲ ਮਿਲ ਜਾਂਦਾ? ਹਾਂ ਰੋਲ ਮਿਲ ਜਾਂਦਾ ਬਈ। ਹਾਂ, ਕੋਈ ਡਾਇਲੋਗ ਡਾਇਲੋਗ ਕਹਿੰਦਾ ਕੋਈ? ਡਾਇਲੋਗ ਨਹੀਂ ਯਾਰ, ਸਾਨੂੰ ਹਲੇ ਕੀਤਾ ਥੋੜਾ ਬਹੁਤ ਕੰਮ ਦੇਖੋਗੇ। ਹਾਂ, ਮਤਲਬ ਹੌਲੀ ਹੌਲੀ ਕੰਮ ਬਣੂਗਾ ਨਾ? ਹੌਲੀ ਅੱਗੇ ਜਾਵਾਂਗੇ। ਅੱਛਾ ਅੱਛਾ, ਚਲੋ ਠੀਕ ਹੈ, ਮਿਲਦੇ ਹਾਂ ਫਿਰ। ਓਕੇ ਬਾਈ। ਅੱਜ ਆਪਾਂ ਦੇਖ ਰਹੇ ਹਾਂ ਜੀ ਮਹਿਲਖੁਰਦ ਪਿੰਡ, ਅਤੇ ਮਹਿਲਖੁਰਦ ਪਿੰਡ ਦੇ ਵਿੱਚ ਬਾਪੂ ਬਲਬੀਰ ਸਿੰਘ, ਉਹਨਾਂ ਦੇ ਘਰ ਮੈਂ ਬੈਠਾਂਗਾ ਅਤੇ ਅੱਜ ਤੁਹਾਨੂੰ ਚਿੱਬੜਾਂ ਦੀ ਚਟਣੀ ਬਣਾਉਣੀ ਸਿਖਾਵਾਂਗੇ। ਕਿ ਚਿੱਬੜ, ਬਹੁਤਿਆਂ ਨੂੰ ਮੈਨੂੰ ਲੱਗਦਾ ਚਿੱਬੜਾਂ ਬਾਰੇ ਨਾ ਪਤਾ ਹੋਵੇ, ਜਿਨ੍ਹਾਂ ਨੇ ਚਿੱਬੜਾਂ ਦੀ ਚਟਣੀ ਨਾ ਖਾਧੀ ਹੋਵੇ, ਅਤੇ ਬਾਪੂ ਬਲਬੀਰ ਸਿੰਘ ਜੀ ਅੱਜ ਸਾਨੂੰ ਚਿੱਬੜਾਂ ਦੀ ਚਟਣੀ ਬਣਾਉਣੀ ਸਿਖਾਉਣਗੇ। ਬੜੀ ਟੇਸਟੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਦੱਸੋ ਕਿ ਚਿੱਬੜਾਂ ਦੀ ਚਟਣੀ ਵੈਸੇ ਮਾਲਵੇਜ ਦਾ ਬਣਦੀ ਬਣਦੀ ਹੈ, ਦੂਜੇ ਹਾਰ ਵੀ ਬਣਾ ਕੇ ਰੱਖੇ ਜਾਂਦੇ ਸੀਗੇ, ਹੋਰ ਵੀ ਜਿਹੜੇ ਜਿਵੇਂ ਦੁਆਬਾ ਗਿਆ ਜਾਂ ਇੱਧਰਲੇ ਪਾਸੇ ਵੀ ਬਣਦੀ ਹੈ? ਇਹ ਅੱਜ ਤੋਂ ਕੋਈ ਤਕਰੀਬਨ 15-20 ਸਾਲ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਹੀ ਚਿੱਬੜਾਂ ਦੀ ਚਟਣੀ ਦਾ ਜਿਹੜਾ ਆਨੰਦ ਮਾਣਿਆ ਜਾਂਦਾ ਸੀ, ਕਿਉਂਕਿ ਜਦ ਤੋਂ ਸਾਡੇ ਇਲਾਕੇ ਦੇ ਵਿੱਚ ਝੋਨੇ ਦੀ ਜ਼ਿਆਦਾ ਆਮਦ ਹੋ ਗਈ, ਉਦੋਂ ਤੋਂ ਇਹ ਜਿਹੜੇ ਚਿੱਬੜ ਨੇ ਇਹ ਹੌਲੀ ਹੌਲੀ ਗਾਇਬ ਹੋਣੇ ਖਤਮ ਹੋ ਗਏ। ਜਿਹੜੇ ਚਿੱਬੜਾਂ ਦੀ ਚਟਣੀ ਹੈ ਇਹਦਾ ਕੋਈ ਟੇਸਟ ਹੀ ਵੱਖਰਾ ਹੁੰਦਾ ਦੂਜਾ ਇਹ ਕਿ ਜਿਵੇਂ ਕੁੰਡਾ ਹੈ, ਪੱਥਰ ਦਾ ਕੁੰਡਾ ਹੈਗਾ, ਪਹਿਲਾਂ ਮਿੱਟੀ ਦੇ ਕੁੰਡੇ ਹੁੰਦੇ ਸੀ, ਹੁਣ ਮਿਕਸੀਆਂ ਗ੍ਰੈਂਡਰ ਜਿਹੜੇ ਉਹ ਆ ਗਏ ਨੇ, 1 ਮਿੰਟ 1 ਸੈਕਿੰਡ ਲੱਗਦਾ, ਨਾਲ ਦੇ ਨਾਲ ਚਟਣੀ ਬਣ ਜਾਂਦੀ ਹੈ। ਗੱਲ ਇਹ ਹੈ ਜਿਹੜੇ ਪੱਥਰ ਦੇ ਜਿਹੜੇ ਪਹਿਲੇ ਕੁੰਡੇ ਮਿੱਟੀ ਦੇ ਬਣਾਉਂਦੇ ਸੀ ਨਾ ਕੁਮਾਰ, ਉਹ ਕੁੰਡੇ ਜ਼ਿਆਦਾਤਰ ਟੁੱਟ ਜਾਂਦੇ ਸੀ। ਕੁਛ ਲੋਕਾਂ ਨੇ ਜਿਵੇਂ ਚੋ ਕਹਿ ਦਿਓ ਵੀ ਤਰੱਕੀ ਦੇ ਨਾਲ ਹੁਣ ਇਹ ਪੱਥਰ ਦੇ ਕੁੰਡੇ ਪਹਾੜਾਂ ਦੇ ਵਿੱਚੋਂ ਬਣ ਕੇ ਪੱਕੇ ਆਉਣ ਲੱਗ ਗਏ। ਉਹ ਕੁੰਡੇ ਤਾਂ ਵੈਸੇ ਖੁੱਲ੍ਹੇ ਅਤੇ ਵੱਡੇ ਹੁੰਦੇ ਸੀ, ਆਹ ਛੋਟੇ ਛੋਟੇ ਜਿਹੇ ਕੁੰਡੇ ਹੁਣ ਚਟਣੀਆਂ ਨੂੰ ਜਾਂ ਛੋਟੇ ਛੋਟੇ ਕੋਈ ਕੰਮਾਂ ਵਾਸਤੇ ਜਿਵੇਂ ਚੱਕੀਆਂ ਵੀ ਪਹਿਲਾਂ ਸੀ, ਹੁਣ ਇਹ ਚੱਕੀਆਂ ਵੀ ਇਹ ਛੋਟੀਆਂ ਬਣਾਤੀਆਂ। ਜਿਹੜੀ ਘੋਟਣੇ ਦੀ ਕੁੱਟੀ ਚਟਣੀ, ਤੂੜੀ ਦੀ ਰਿੱਝੀ ਦਾਲ ਅਤੇ ਚੁੱਲ੍ਹੇ ਦੇ ਬਣੇ ਹੋਏ ਪ੍ਰਸ਼ਾਦੇ ਅਤੇ ਜਿਹੜੀਆਂ ਉਹ ਚੀਜ਼ਾਂ ਸੀ, ਉਹ ਗੈਸ ਤੇ ਥੋੜੇ ਉਹ ਜਿਹੇ ਟੇਸਟੀ ਰਹਿ ਗਏ, ਖਤਮ ਹੋ ਗਏ ਬਿਲਕੁਲ। ਉਹ ਸਵਾਦ ਹੁਣ ਸਾਰੇ ਵੱਖਰੇ ਹੀ ਹੋ ਗਏ। ਅਤੇ ਸ਼ੱਕਰ ਕਿਉਂ ਪਾਈ ਜਾਂਦੀ, ਇੱਕ ਮਿਠਾਸ ਦੇਣ ਦੇ ਲਈ? ਇਹ ਇਉਂ ਹੈ ਜੀ ਵੀ ਜਿਹੜੀ ਚੀਜ਼ ਹੁਣ ਗੰਢੇ ਪਾਵਾਂਗੇ, ਮਿਰਚਾਂ ਪਾਵਾਂਗੇ, ਚਿੱਬੜ ਪਾਵਾਂਗੇ, ਉਹਦੇ ਨਾਲ ਜਿਹੜਾ ਟੇਸਟ ਆ ਉਹ ਹੋਰ ਹੋਊਗਾ। ਪਹਿਲਾਂ ਤੁਸੀਂ ਖਾ ਲਓਗੇ, ਜਦੋਂ ਸ਼ੱਕਰ ਪਾ ਕੇ ਤੁਸੀਂ ਉਹਦਾ ਟੇਸਟ ਵੱਖਰਾ ਹੀ ਬਣ। ਹੁਣ ਇਹ ਮਿਰਚਾਂ ਪਹਿਲਾਂ ਕੁੱਟੀਆਂ ਜਾਣੀਆਂ? ਹਾਂ, ਇਹਨਾਂ ਨੂੰ ਪਹਿਲਾਂ ਆਪਾਂ ਕੁੱਟਾਂਗੇ। ਲਓ ਜੀ, ਆਪਾਂ ਪਹਿਲਾਂ ਮਿਰਚਾਂ ਜਿਹੜੀਆਂ ਕੁੱਟੀਆਂ ਜਾ ਰਹੀਆਂ ਨੇ, ਉਸ ਤੋਂ ਬਾਅਦ ਮਤਲਬ ਪਿਆਜ਼ ਜਿਹੜਾ ਬਾਪੂ ਜੀ ਪਾਉਣਗੇ, ਅਤੇ ਇਹ ਮਿਰਚਾਂ
ਹੁਣ ਇਹ ਪੂਰੀ ਤਿਆਰ ਹੋ ਗਈ ਚਟਨੀ। ਲਓ ਫਿਰ ਐਂ ਕਰੋ, ਆਹ ਲਓ ਫਿਰ ਮੇਰੀ ਬਾਟੀ 'ਚ ਪਾਓ, ਮੈਂ ਲੈ ਕੇ ਜਾਣੀ। ਦੇਖੋ ਜੀ ਚਿੱਬੜਾਂ ਦੀ ਚਟਨੀ ਜਿਹੜੀ ਹੈ ਤਿਆਰ ਹੋ ਗਈ ਹੈ, ਅਤੇ ਕਮਾਲ ਦੀ ਬਣੀ ਚਟਨੀ। ਅਤੇ ਜੇ ਤੁਸੀਂ ਆਓ ਮਹਿਲ ਖੁਰਦ ਤਾਂ ਜ਼ਰੂਰ ਬਾਬਾ ਬਲਵੀਰ ਸਿੰਘ ਜੀ ਨੂੰ ਮਿਲ ਕੇ ਜਾਇਓ, ਚਟਨੀ ਖਾ ਕੇ ਜਾਇਓ। ਅਤੇ ਅੱਜ ਮੈਂ ਤਾਂ ਕੱਲੀ ਚਟਨੀ ਲੈ ਕੇ ਚੱਲਿਆ, ਅਤੇ ਕਦੇ ਫਿਰ ਆਊਂਗਾ ਨਾਲ ਪਰੌਂਠਿਆਂ 'ਤੇ ਖਾ ਕੇ ਜਾਵਾਂਗੇ ਚਟਨੀ। ਠੀਕ ਹੈ ਬਾਪੂ, ਸਤਿ ਸ਼੍ਰੀ ਅਕਾਲ। ਮੈਂ ਨਿਕਲਾ ਗੱਡੀ ਲੈ ਕੇ, ਰਸਤੇ ਮੈਂ ਇੱਕ ਮੋੜ ਆਇਆ, ਮੈਂ ਉੱਥੇ ਗੱਡੀ ਛੋੜ ਆਇਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਬੜਾ ਪੁਰਾਣਾ, ਕਿਵੇਂ ਆ? ਬਹੁਤ ਘੈਂਟ, ਬੜਾ ਪੁਰਾਣਾ ਟਰੱਕ ਆ। ਕਿੰਨਾ ਕੁ ਪੁਰਾਣਾ? ਇਹ ਬਸ ਤੁਹਾਡੇ ਜਨਮ ਤੋਂ ਪਹਿਲਾਂ ਦਾ ਹੀ ਆ। ਅੱਛਾ, ਮੇਰੇ ਜਨਮ ਤੋਂ ਪਹਿਲਾਂ ਦਾ? ਹਾਂਜੀ, ਇਹਦਾ ਮੇਰਾ ਹਾਨੀ ਆ। ਅੱਛਾ, ਤੁਹਾਡਾ ਹਾਨੀ ਆ। ਕਿੰਨਾ, ਮਤਲਬ ਕਿਹੜੇ? 1966 ਮਾਡਲ ਆ ਜੀ। 1966? ਹਾਂਜੀ। ਕਿਆ ਬਾਤ ਹੈ, 1966 ਮਾਡਲ। ਤੇ ਇਹਨੂੰ ਪੂਰਾ ਚਮਕਾ ਕੇ ਰੱਖ ਦਿਓ। ਹਾਂਜੀ ਪੂਰਾ। ਨਹੀਂ ਤੇ ਪਹਿਲਾ ਟਰੱਕ ਆ ਸਾਡਾ। ਇਹ ਪਹਿਲਾ ਟਰੱਕ ਹੈ, ਇਹਨੂੰ ਪੂਰੇ ਪਿਆਰ ਨਾਲ ਮੁਹੱਬਤ ਨਾਲ ਰੱਖਿਆ ਗਿਆ। ਹਾਂਜੀ। ਤੇ ਜੇ ਕੋਈ ਕਹੇ ਵੇਚ ਦਿਓ ਭਾਈ? ਵੇਚਦੇ ਨਹੀਂ ਜੀ। ਤੇ ਫਿਲਮਾਂ ਫੁਲਮਾਂ ਵਾਲੇ ਨਹੀਂ ਲੈਣ ਆਉਂਦੇ? ਦਿੰਦੇ ਹੀ ਨਹੀਂ ਗਏ ਕਿਸੇ ਨੂੰ ਸੀਗੇ ਕਮਾਉਣ ਵਾਲੇ। ਹਾਂ, ਪਰ ਦਿੰਦੇ ਨਹੀਂ, ਮਤਲਬ ਰੱਖਣਾ ਸੀ ਆਪਦਾ ਸਾਂਭ ਕੇ। ਅੱਛਾ, ਤੇ ਇਹ ਕੰਮ ਵੀ ਕਰਦਾ ਹੈ? ਚੱਲਦਾ ਕੰਮ ਕੰਮ ਕਰਦਾ ਸੀ, ਸੀਜ਼ਨ ਲਾਉਣੇ ਆ ਕੇ ਸੀਜ਼ਨ ਇਹ ਤੇ ਹਜੇ ਵੀ। ਹਾਂਜੀ। ਹੈਂ, ਪਹਿਲਾ ਮਤਲਬ ਕਮਾਈ ਦਾ ਸਾਧਨ ਇਹ ਰਿਹਾ? ਇਹ ਕਮਾਈ ਦਾ ਸਾਧਨ ਰਿਹਾ। ਅੱਛਾ, ਤੁਹਾਡੇ ਫਾਦਰ ਲੈ ਕੇ ਆਏ ਸੀ ਫੌਜ 'ਚੋਂ? ਫੌਜ 'ਚੋਂ। ਹਾਂਜੀ। ਤੇ ਇਹ ਰੰਗ ਰੁੰਗ ਤਾਂ ਕਰਾਉਣਾ ਹੀ ਪੈਂਦਾ? ਰੰਗ ਤਾਂ ਕਰਾਉਣਾ ਪੈਂਦਾ ਜੀ, ਸਾਲ ਸਾਲ ਕੁ ਬਾਅਦ ਹੈ। ਹਾਂ, ਸਾਲ ਦੋ ਸਾਲ ਬਾਅਦ। ਅੱਛਾ, ਤਾਂ ਇੱਕ ਝੂਟਾ ਹੀ ਦੇ ਦਿਓ ਫਿਰ ਮੈਨੂੰ। ਚਲੋ ਸਰ। ਉਹ ਜਿੱਟੀ ਰੋਡ 'ਤੇ ਦਹਾਈਆਂ ਪਾਵੇ, ਉਹ ਯਾਰਾਂ ਦਾ ਟਰੱਕ ਬੱਲੀਏ। ਬਾਪੂ ਕਿਵੇਂ ਆ? ਠੀਕ ਹੋ? ਹੋਰ ਠੀਕ ਆ? ਕਿਵੇਂ ਬਾਹਰ ਬੈਠੇ ਹੋ ਗਰਮੀ ਚ? ਅੱਛਾ, ਇੱਥੇ ਹਵਾ ਲੱਗਦੀ ਆ। ਅੱਛਾ, ਕਿਹੜਾ ਮਹੀਨਾ ਚੰਗਾ ਲੱਗਦਾ ਵੈਸੇ? ਮਹੀਨਾ ਤਾਂ ਸਾਰੇ ਚੰਗੇ ਨੇ। ਇਹ ਸੌਣ ਦਾ ਮਹੀਨਾ ਚੱਲਦਾ? ਹਾਂਜੀ ਹਾਂਜੀ। ਅਗਲਾ ਬਾਪੂ ਕਿਵੇਂ ਆ? ਤੂੰ ਹੱਸੀ ਜਾਣਾ ਸਾਈਡ ਸਾਈਡ ਤੇ। ਫੌਜ ਚੋਂ ਆਇਆ ਬਾਪੂ? ਨਹੀਂ ਨਹੀਂ, ਘਰੋਂ ਆਇਆ, ਘਰ ਖੇਤੀ ਕਰਦੇ। ਅੱਛਾ, ਕਾਮਾ ਰੌਲੀ ਕਾਹਤੋਂ ਕਹਿੰਦੇ ਨੇ ਵੀ ਕਾਮਾ ਰੌਲੀ ਪਾਈ ਆ ਬਈ? ਆਪਣੇ ਅੱਜ ਕੱਲ ਦੇ ਮੰਤਰੀ ਕਰਦੇ ਆ, ਉਹਨਾਂ ਨੇ ਕਾਵਾਂ ਰੋਲੀ ਪਾਈ। ਬਾਪੂ ਕਿਵੇਂ ਆ? ਕਿਵੇਂ ਮੁੱਛਾਂ ਕੁੰਡੀਆਂ ਪੂਰੀਆਂ ਹੈ, ਐ ਚੜਾਈ ਫੁੱਲ ਹੈ। ਤੇ ਬਾਪੂ ਐ ਦੱਸ ਵੀ, ਜਦੋਂ ਤੁਹਾਡਾ ਸਮਾਂ ਹੁੰਦਾ ਸੀ ਪੁਰਾਣਾ, ਉਦੋਂ ਜਵਾਕਾਂ ਦੀ ਸਕੂਲ ਦੀ ਫੀਸ ਕਿੰਨੀ ਹੁੰਦੀ ਸੀ? ਪੰਜਵੀਂ ਛੇਵੀਂ ਕਲਾਸ ਤੋਂ ਥੱਲੇ ਆ, ਜੇ ਉੱਪਰ ਚਲੇ ਗਏ ਤਾਂ ਉੱਪਰ ਡਿਗਰੀ ਵੱਧਦੀ ਤੁਰੀ ਜਾਂਦੀ, ਪੈਸੇ ਵੀ ਵੱਧਦੇ ਜਾਣੇ, ਨੌਕਰੀ ਮਿਲਣੀ ਨਹੀਂ ਮਿਲਣੀ ਬਾਅਦ ਦੀ ਗੱਲ, ਬਾਅਦ ਦੀਆਂ ਗੱਲਾਂ ਨੇ, ਉਹ ਤਾਂ ਮਿਲਣੀ ਨਹੀਂ ਪੈਸੇ, ਉਹ ਤਾਂ ਮਿਲਣੀ ਕੋਈ ਨਹੀਂ। ਹਾਂ, ਜਿਹੜੇ ਜਿੰਨੇ ਵੀ ਬੱਚੇ ਸੀਗੇ ਇੰਡੀਆ ਦੇ ਵਿੱਚ ਭੱਜਦੇ ਆ ਪੰਜਾਬ ਦੇ ਵਿੱਚ, ਖਾਸ ਕਰਕੇ ਚੌਥਾ ਸਾ ਪੰਜਾਬ ਜਹਾਜ਼ 'ਚ ਉੱਡਿਆ ਰਹਿੰਦਾ, ਹਰ ਵਕਤ ਜਹਾਜ਼ ਚੜ ਜਾਂਦਾ, ਇੱਧਰੋਂ ਆਉਂਦੇ ਆ ਉੱਧਰੋਂ ਜਾਂਦੇ ਆ, ਇੱਧਰੋਂ ਆਉਂਦੇ ਉੱਧਰੋਂ ਜਾਂਦੇ। ਇਹਦਾ ਮਤਲਬ ਵੀ ਆਉਣ ਵਾਲੇ ਸਮੇਂ 'ਚ ਮਤਲਬ ਤਾਂ ਪੰਜਾਬ ਖਾਲੀ ਹੋ ਜਾਣਾ ਲੱਗਦਾ ਹੀ ਆ, ਹੈ ਜਿਵੇਂ ਨੌਜਵਾਨ ਜਾਈ ਜਾਂਦੇ ਬਾਹਰ। ਹਾਂ ਹਾਂ। ਚਲੋ ਠੀਕ ਆ ਬਾਪੂ, ਸਤਿ ਸ਼੍ਰੀ ਅਕਾਲ।
ਬਾਬਾ ਕਿਵੇਂ ਆ? ਠੀਕ ਆ। ਹੋਰ? ਬਹੁਤ ਵਧੀਆ। ਲੈ ਆਇਆ ਪੱਠੇ? ਫਤਿਹ ਤੇਰਾ ਕੀ ਹਾਲ ਆ? ਠੀਕ ਆ। ਤੇ ਬਹੂ ਦਾ ਕੀ ਹਾਲ ਆ? ਠੀਕ ਆ। ਦੋਨੇ ਠੀਕ ਆ? ਬੱਚੇ ਬੱਚੇ ਕੀ ਹਾਲ ਆ? ਠੀਕ ਆ। ਚੱਲ ਠੀਕ ਆ। ਕਿੱਧਰ? ਓਹੋ ਮਹਾਰਾਜ, ਬੈਠੇ ਕਿਵੇਂ ਸੀ ਤੁਸੀਂ ਅੰਦਰ? ਹੈਂ, ਐਡਾ ਕੱਦ? ਹੋਰ ਜੀ, ਆ ਜਾਈਦਾ ਫਿਰ। ਫੌਜ ਚ ਭਰਤੀ ਹੋ? ਫੌਜ ਫੌਜ ਦੀ ਬਾਈ ਉਮਰ ਲੰਘ ਗਈ ਹੁਣ। ਕੀ ਕਰਦੇ ਹੋ? ਜਵਾਕ ਪੜ੍ਹਾਈ ਦੇ ਮਾਸਟਰ। ਹਾਂਜੀ, ਹੁਣ ਜਵਾਕ ਪੜ੍ਹਾ ਕੇ ਪੁੱਟ ਗਏ ਹੋ? ਹੈਂ, ਪੜ੍ਹਾ ਕੇ ਆਏ। ਪੜ੍ਹਾ ਕੇ ਕੀ ਪੜ੍ਹਾ ਕੇ ਆਏ? ਅੰਗਰੇਜ਼ੀ ਪੜ੍ਹਾ ਕੇ ਆਏ ਜੀ। ਅੰਗਰੇਜ਼ੀ? ਹਾਂਜੀ। ਅੱਛਾ ਅੱਛਾ ਅੱਛਾ, ਕੀ ਬਾਤ ਹੈ, ਅੰਗਰੇਜ਼ੀ ਦੇ ਅਧਿਆਪਕ ਹੋ ਤੁਸੀਂ, ਹੈ ਨਾ? ਤੇ ਕੋਈ ਸੁਣਾਓ, ਕੋਈ ਅੰਗਰੇਜ਼ੀ ਵਾਲੀ ਗੱਲ ਸਾਡੇ ਨਾਲ ਮਾਰੋ ਅੰਗਰੇਜ਼ੀ। ਆਈ ਬੇਗ ਟੂ ਸੇ ਦੈਟ ਮਾਈ ਫਾਦਰ ਇਜ਼ ਵੈਰੀ ਪੂਅਰ, ਯੂਰ ਓਬੀਡੈਂਟਲੀ। ABC ਸੁਣਾ ਦੇ। ABC ਸੁਣਾ? ਅੰਗਰੇਜ਼ੀ ਦੇ ਅਧਿਆਪਕ ਅਜੇ ABC ਦੇ ਫਿਰਦੇ ਹੋ? ਦੇਖੋ ਜੀ, ਫਿਰ ਸਿੱਧੀ ਗੱਲ ਹੈ, ਜਵਾਕਾਂ ਦੇ ਹਿਸਾਬ ਨਾਲ ਸਾਨੂੰ। ਅੱਛਾ, ਪਹਿਲਾਂ BA ਕੀਤੀ ਸੀ ਕਿ MA ਕੀਤੀ ਸੀ? ਪਹਿਲਾਂ BA ਕੀਤੀ ਸੀ। MA ਕੀਤੀ ਸੀ? ਅੱਜ ਕੱਲ੍ਹ ਇਹ ਵੀ ਹੋ ਜਾਂਦਾ, MA ਪਹਿਲਾਂ ਕਰਾ ਦਿੱਤੀ ਜਾਂਦੀ ਮੰਤਰੀਆਂ ਨੂੰ, BA ਬਾਅਦ 'ਚ ਕਰਾਉਂਦੇ ਨੇ। ਹਾਂਜੀ, ਅੱਜ ਕੱਲ੍ਹ ਹੋ ਜਾਂਦਾ ਨਾਲ ਦੇ ਮਾਸਟਰ ਨੇ। ਹਾਂਜੀ, ਨਾਲ ਦੇ ਮਾਸਟਰ ਨੇ। ਤੇ ਉਹ ਅੰਦਰ ਹੀ ਬਿਠਾਇਆ? ਕੱਢ ਲੈਣੇ? ਕੱਢੋ ਬਾਹਰ, ਕੱਢੋ 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 ਮਾਸਟਰ ਜੀ, ਆ ਜਾਓ ਬਾਹਰ। ਹਾਂ ਹਾਂ, ਮਾਸਟਰ, ਸਾਰੇ ਮਾਸਟਰ ਇਕੱਠੇ ਹੋ ਕੇ ਜਾਂਦੇ ਹੋ ਇੱਕ ਗੱਡੀ 'ਚ? ਹਾਂਜੀ, ਫਿਰ ਵੰਡਣ ਫਿਰ ਉਹ ਕਹਿੰਦੇ। ਇਹ ਪਿੰਡ ਨਹੀਂ ਹੈਗਾ ਗਾ, ਪਿੰਡ ਹੋਰ ਆ, ਪੜਾਉਣੇ ਇੱਥੇ ਆਉਣੇ, ਹੈ ਨਾ ਮਾਸਟਰ? ਤੁਸੀਂ ਮਾਸਟਰ ਜੀ? ਹਾਂਜੀ। ਕੁੱਟ ਕੇ ਆਏ ਕਿ ਪੜਾ ਕੇ ਆਏ ਹੋ? ਪੜਾ ਕੇ ਆਏ ਜੀ, ਪੜਾਵਾ ਘੱਟ ਹੀ ਆ। ਅੱਛਾ, ਖੁੱਟਦੇ ਤਾਂ ਘੱਟ ਹੀ ਆ। ਅੱਛਾ, ਜਿਵੇਂ ਅੱਜ ਕੱਲ੍ਹ ਬੱਚੇ ਜਿਹੜੇ ਬੱਚੇ ਬੜੇ ਡਰਦੇ ਨੇ ਅਧਿਆਪਕਾਂ ਤੋਂ ਸਕੂਲ, ਵੈਸੇ ਡਰਦੇ ਨਹੀਂ ਜੀ, ਅੱਜ ਕੱਲ੍ਹ ਨਹੀਂ ਡਰਦੇ, ਪਹਿਲਾਂ ਹੀ ਬਹੁਤ ਡਰਦੇ ਸੀ। ਹਾਂ, ਪਹਿਲਾਂ ਡਰਦੇ ਸੀ, ਸਾਡੇ ਵੇਲੇ ਤਾਂ ਬਹੁਤ ਡਰਦੇ ਸੀ, ਤਾਂ ਡਰ ਕੇ ਟਾਈਮ ਕੱਟਿਆ। ਅੱਛਾ। ਹਾਂ, ਥਾਣੇਦਾਰ ਵਾਲਾ ਕੰਮ ਹੁੰਦਾ ਜੀ ਮਾਸਟਰਾਂ ਦਾ, ਉਹਦੀ ਢਾਲ ਨੇ ਸਕੂਲ ਲਿਆ ਕੇ। ਹੁਣ ਪਿਆਰ ਨਾਲ ਪੜਾਉਣੇ ਹੋ? ਬਿਲਕੁਲ, ਪੂਰੇ ਮੋਹ ਮੁਹੱਬਤ ਨਾਲ। ਹਾਂਜੀ, ਉਸੇ ਤਰ੍ਹਾਂ ਚੱਲਦੀਆਂ ਕਲਾਸ ਪੂਰੇ ਪਛਕਾਰ ਕੇ। ਕੀ ਹਾਲ ਆ ਵੀਰ? ਤੁਸੀਂ ਕਰਦੇ ਹੋ ਮਾਸਟਰ ਆ ਕੇ ਤੁਸੀਂ ਵੈਸੇ ਨਾਲ ਬਹਿ ਗਏ? ਨਾ ਨਾ ਜੀ, ਮੈਂ ਤਾਂ ਨਾਲ ਹੀ ਵੈਸੇ ਘੁੰਮਣ ਫਿਰਨਾ। ਅਸੀਂ ਮਾਸਟਰ ਦੇ ਨਾਲ ਘੁੰਮਣ ਫਿਰਨਾ ਨਾਲ ਜੀ। ਕੀ ਕਰਦੇ ਤੁਸੀਂ? ਮਾਂ ਜੀ, ਮੈਂ ਸਿੰਗਿੰਗ ਕਰਦੇ ਜੀ। ਹਾਂ, ਕੀ ਬਾਤ ਆ, ਸੁਣਾ ਕੋਈ ਛੋਟਾ ਜਿਹਾ। ਕੁਲਦੀਪ ਮਾਨਕ ਦਾ ਸੁਣਾ ਕੋਈ ਗਾਣਾ ਹੁੰਦਾ? ਹਾਂ, ਮਾਂ ਹੁੰਦੀ ਹੈ ਮਾਂ। ਓ ਮਾਂ ਹੁੰਦੀ ਏ ਮਾਇਓ ਦੁਨੀਆ ਵਾਲੇ ਓ, ਓ ਮਾਇਓ ਠੰਡੜੀ ਛਾਂ ਦੁਨੀਆ ਵਾਲੇ ਓ, ਓ ਮਾਂ ਬਿਨਾ ਕੋਈ ਨਾ ਲਾੜ ਲੜਾਉਂਦਾ ਕੁੱਟ ਕੇ। ਚੰਗਾ, ਮਿਲਦੇ ਆ, ਠੀਕ ਆ ਭਾਈ, ਸਤਿ ਸ੍ਰੀ ਅਕਾਲ। ਚਾਰ ਨਾ ਪਾਉਂਦੀ ਆ ਜਦੋਂ ਭਤੀਜਾ ਹੁੰਦਾ। ਅੱਛਾ ਜੀ। ਬਾਕੀ ਬੁੜੀਆਂ ਦਾ ਮਤਲਬ ਪੁਰਾਣੀਆਂ ਮਤਲਬ ਮਾਈਆਂ ਦਾ ਇਹ ਕਹਿਣਾ ਗਾ ਵੀ ਜਦੋਂ ਬੱਚਾ ਵਾਧਾ ਫਲਦਾ ਪਤਾ ਲੱਗਦਾ, ਇਹਦੇ ਨਾਲ ਪਤਾ ਲੱਗਦਾ ਰਹਿੰਦਾ। ਦੇਖੋ ਜੀ, ਇਹ ਤੜਾਗੀ ਹੁੰਦੀ ਹੈ, ਬੱਚੇ ਦੇ ਪਾਈ ਹੋਈ ਹੈ ਤੜਾਗੀ, ਤੇ ਦੇਖ ਲਓ ਸਾਰੇ ਜਣੇ। ਸਤਿ ਸ੍ਰੀ ਅਕਾਲ ਜੀ, ਕਿਵੇਂ ਤਿਆਰ ਹੋ ਕੇ ਆਇਆ? ਕਿੱਦਾਂ ਪਾਉਣਾ ਅੱਜ ਬੋਲੀਆਂ? ਕਿਹੜੇ ਮੇਲੇ ਤੇ ਜਾਣਾ ਚੰਗਾ ਲੱਗਦਾ? ਅੱਛਾ, ਜਾਂਦੇ ਹੋ ਮੇਲਾ ਦੇਖਣ? ਤੇ ਤਿਉਹਾਰ ਕਿਹੜਾ ਚੰਗਾ ਲੱਗਦਾ? ਤੀਆਂ ਦਾ, ਹੁਣ ਤੀਆਂ ਦਾ ਤਿਉਹਾਰ ਹੀ ਆ, ਤੀਆਂ ਤਾਂ ਹੀ ਇਕੱਠੇ ਹੋਏ। ਤੁਹਾਨੂੰ ਕਿਹੜਾ ਤਿਉਹਾਰ ਚੰਗਾ ਲੱਗਦਾ? ਤੀਆਂ ਦਾ? ਨਹੀਂ, ਹੋਰ ਤਿਉਹਾਰ ਨਹੀਂ, ਹੋਲੀ ਨਹੀਂ ਚੰਗੀ ਲੱਗਦੀ, ਦਿਵਾਲੀ, ਵਿਸਾਖੀ, ਇਕੱਲਾ ਤੀਆਂ? ਗਿੱਧਾ ਪਾਉਣਾ ਉਹਦਾ? ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੀਆਂ? ਹਾਂਜੀ, ਤਿਉਹਾਰ ਤਾਂ ਸਾਰੇ ਸਾਰੇ ਚੰਗੇ ਹੁੰਦੇ। ਸਾਡਾ ਜਿਹੜਾ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਉਦੋਂ ਧੀਆਂ ਦਾ ਤਿਉਹਾਰ ਸਾਰਿਆਂ ਨੂੰ ਵਧੀਆ ਮੰਨਦੇ ਆ। ਮਤਲਬ ਕੁੜੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ, ਪਿੰਡ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਸੇ ਬਹਾਨੇ ਤੀਆਂ, ਬਾਕੀ ਸਾਰੇ ਤਿਉਹਾਰ ਵਧੀਆ ਨੇ। ਹਾਂਜੀ, ਤਿਉਹਾਰ ਸਾਰੇ। ਤੈਨੂੰ ਖਲਕਤ ਲੱਭਦੀ ਫਿਰਦੀ ਹੋ, ਅਸੀਂ ਇੱਕ ਵੀ ਦਿਲ ਤੇ ਲਾਈ ਨਾ।
ਜੇ ਤੂੰ ਸਿਰਨਾਮੇ ਭੇਜੇ ਨਾ ਯਾਰਾਂ ਵਿੱਚ ਚਿੱਠੀ ਪਾਈ ਨਾ, ਜੇ ਆ ਗਿਆ ਨਾਲ ਸਬਬ ਤੇ ਤੂੰ ਲੈ ਫੜ ਪੀੜੀ ਬਹਿ ਜਾ ਮੌਲਾ, ਬੇ ਚੱਜੀਆਂ ਤੇਰੀਆਂ ਨਿੱਤ ਸੁਣਦੇ ਕੋਈ ਚੱਜ ਦੀ ਗੱਲ ਸੁਣਾ ਮੌਲਾ, ਤੇਰੇ ਕਿਹੜੇ ਕੋਲੇ ਢਾਏ ਅਸੀਂ ਹੋਇਆ ਕੀ ਮਾੜਾ ਦੱਸ ਜ਼ਰਾ, ਤੈਨੂੰ ਕੱਢਣ ਵੱਲੋਂ ਰਹਿੰਦਾ ਜੋ ਮੈਨੂੰ ਉਹ ਹਾੜਾ ਦੱਸ ਜ਼ਰਾ, ਮੈਨੂੰ ਸੱਚ ਦੱਸੀ ਉਹਨਾਂ ਲੋਕਾਂ ਦਾ ਕਿਉਂ ਆਇਆ ਨਹੀਂ ਵਰਾ ਕਦੇ, ਖੁਦ ਤੜਕੇ ਲਾ ਕੇ ਪਾਣੀ ਦੇ ਤੇਰੇ ਬੁੱਝਣ ਨਾ ਦੇਣ ਚਰਾ ਕਦੇ, ਮਾੜੇ ਦੇ ਅਮਲੀ ਪਿਓ ਵਰਗਾ ਤਕੜੇ ਦਾ ਬਾਪ ਕਮਾਊ ਏ, ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਪਕਾਊ ਏ, ਤੈਨੂੰ ਪੈ ਗਈ ਆਦਤ ਮੇਵਿਆਂ ਦੀ ਕਿਵੇਂ ਸਗਣ ਪਤਾਸੇ ਖਿੱਚ ਰੱਬਾ, ਕਿੱਥੇ ਸੁਣਦੀ ਟੱਲੀ ਲੋਹੇ ਦੀ ਸੋਨੇ ਦੀ ਟਨ ਟਨ ਵਿੱਚ ਰੱਬਾ, ਕੋਈ ਦਸਮ ਦੁਆਰ ਨਹੀਂ ਰਾਹ ਤੇਰਾ, ਨਾ ਦਿਲ ਦੇ ਭਾਅ ਨੂੰ ਮਿਲਦਾ ਏ, ਤੇਰੀ ਬਹਿਣੀ ਮਹਿੰਗੀਆਂ ਪਲੰਘਾਂ ਤੇ ਕਣਸਾਂ ਤੇ ਕਾਹਨੂੰ ਮਿਲਦਾ ਏ, ਸਾਡੇ ਕੋਠੀਆਂ ਕਾਰਾਂ ਮਹਿਲਾਂ ਤੱਕ ਸੁਪਨੇ ਜਾ ਨਾ ਪਾਏ ਨੇ, ਮੂੰਹ ਬੁਰਕੀ ਲਾ ਦੇ ਰੋਟੀ ਦੀ ਕਿਉਂ ਧੁਰੋਂ ਹੀ ਵਰਤ ਰਖਾਏ ਨੇ, ਆਪ ਤੇ ਹਰ ਇੱਕ ਸੁੱਖਾਂ ਦਾ ਤੂੰ ਅਜ਼ਲਾਂ ਤੋਂ ਹੰਢਾਊਏ, ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਕਾਊ, ਆਪਣੀ ਯਾਰੀ ਨਹੀਂ ਨਿਭਣੀ ਤੂੰ ਰੱਬਾ ਯਾਰ ਬਕਾਊ। ਅਸੀਂ ਆਏ ਅੱਜ ਮਹਿਲ ਖੁਰਦ ਪਿੰਡ, ਮਹਿਲ ਖੁਰਦ ਪਿੰਡ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ, ਬੜਾ ਕਮਾਲ ਦਾ ਪਿੰਡ ਹੈ, ਬਹੁਤ ਸਾਰੇ ਵਸਨੀਕਾਂ ਦੇ ਨਾਲ ਗੱਲਾਂ ਕੀਤੀਆਂ, ਹਾਸੇ ਠੱਠੇ ਕੀਤੇ, ਇਸ ਸਮੇਂ ਅਸੀਂ ਸੱਥ ਦੇ ਵਿੱਚ ਹਾਂ, ਸੱਥ ਦੇ ਵਿੱਚ ਵਸਨੀਕ ਖੜ੍ਹੇ ਨੇ, ਅਤੇ ਇਸ ਪਿੰਡ ਦਾ ਰਹਿਣ ਵਾਲਾ ਸਾਈਂ ਸੁਲਤਾਨ ਜਿਹੜਾ ਪਿੰਡਾਂ ਸ਼ਹਿਰਾਂ 'ਚ ਵਿੱਚ ਜਾ ਕੇ ਲੋਕਾਂ ਦਾ ਮਨੋਰੰਜਨ ਕਰਦਾ, ਗਾਇਕੀ ਲੋਕਾਂ ਤੱਕ ਪਹੁੰਚਦੀ ਕਰਦਾ, ਬੜੇ ਸੌਖੇ ਢੰਗ ਦੇ ਨਾਲ, ਬਹੁਤੇ ਸਾਜੀ ਨਹੀਂ ਹੁੰਦੇ, ਨਾਲ ਇੱਕ ਚਿਮਟਾ ਹੁੰਦਾ ਜਾਂ ਇੱਕ ਸਾਜੀ ਜਿਹੜਾ ਸਿਰਫ ਨਾਲ ਲੈ ਕੇ ਜਾਂਦਾ ਹੈਗਾ, ਉਹਨਾਂ ਨਾਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਈਂ ਜੀ, ਚਿਮਟਾ ਲੈ ਕੇ, ਵੈਸੇ ਅੱਜ ਕੱਲ੍ਹ ਸਾ ਜਿਹੜੇ ਗਾਇਕ ਨੇ ਬੜੇ ਸਾਜ਼ ਰੱਖਦੇ ਨੇ, ਢੋਲ ਢਮੱਕੇ ਸ਼ੋਰ ਸ਼ਰਾਬੇ ਬੜੇ ਚੱਲਦੇ ਨੇ, ਪਰ ਤੁਸੀਂ ਸਾਦਗੀ ਰੱਖੀ ਹੋਈ ਹੈ ਕਿ ਚਿਮਟਾ ਲੈ ਕੇ ਸ਼ਹਿਰਾਂ ਪਿੰਡਾਂ 'ਚ ਨਿਕਲ ਜਾਂਦੇ ਹੋ। ਸਰ ਜੀ, ਗਾਇਕੀ ਵਾਸਤੇ ਤਾਂ ਇਕੱਲੇ ਜੇ ਆਪਾਂ ਲਾ ਕੇ ਚੱਲੀਏ, ਇਕੱਲੀ ਗਾਇਕੀ ਦੀ ਗੱਲ ਕਰੀਏ ਜਾਂ ਸੰਗੀਤ ਦੀ ਗੱਲ ਕਰੀਏ, ਤਾਂ ਚਿਮਟੇ ਦੀ ਵੀ ਲੋੜ ਨਹੀਂ। ਇਹ ਤਾਂ ਇਹ ਹੈ ਕਿ ਸਾਜ਼ ਜਿੰਨੇ ਮਰਜ਼ੀ ਇਕੱਠੇ ਕਰ ਲਓ, ਪਰ ਗਾਇਕੀ ਤਾਂ ਇੱਕ ਮੁੱਖ ਚੀਜ਼ ਹੈ, ਯਾਦ ਚੀਜ਼ ਹੈ। ਅਤੇ ਸਿੱਖਿਆ ਤੁਸੀਂ ਕਿੱਥੋਂ? ਮੈਂ ਸ਼ੁਰੂਆਤ ਕੀਤੀ ਮੇਰੇ ਉਸਤਾਦ ਜੀ ਸੁਰਿੰਦਰਪਾਲ ਜੀ ਰਾਗੀ, ਇਹਨਾਂ ਤੋਂ ਮੈਂ ਸ਼ੁਰੂਆਤ ਕੀਤੀ ਸੀ ਇੱਥੇ ਪਿੰਡ 'ਚ, ਅਤੇ ਉਸ ਤੋਂ ਬਾਅਦ ਫਿਰ ਕਾਲਜਾਂ ਦੇ ਵਿੱਚ ਜਾਣਾ, ਫਿਰ ਚੇਤਨ ਤਿਵਾੜੀ ਜੀ, ਫਿਰ ਰਣਜੀਤ ਸਰ, ਉਸ ਤੋਂ ਬਾਅਦ ਮੈਡਮ ਜਗਦੀਪ ਕੌਰ ਉੱਚਾ, ਫਿਰ ਮੈਂ ਉਸਤਾਦ ਬਰਕਤ ਸਿੰਘ ਸਾਹਿਬ ਦੇ ਜਿਹੜੇ ਘਰ ਉੱਥੇ ਜਾ ਕੇ ਉਹਨਾਂ ਦੇ ਸ਼ਿਖਰ ਦੇ। ਅਤੇ ਜਿਵੇਂ ਪਿੰਡਾਂ ਸ਼ਹਿਰਾਂ 'ਚ ਜਾਂਦੇ ਹੋ, ਅਤੇ ਬਹੁਤੇ ਖਰਚਿਆਂ ਦੀ ਵੀ ਲੋੜ ਪੈਂਦੀ ਹੁੰਦੀ ਹੈ, ਕਿਉਂਕਿ ਇਹ ਤਾਂ ਹੈ ਨਹੀਂ ਕਿ ਪਿੰਡਾਂ ਵਾਲੇ ਵੀ ਕੁਝ ਦੇ ਦਿੰਦੇ ਹੋਣ ਗਾਇਕੀ ਜਾਂ ਤੁਰੇ ਜਾਂਦੇ ਸੁਣਾਉਂਦੇ। ਉਹਦੇ 'ਚ ਇਹ ਸੀਗਾ ਜਦੋਂ ਉਦੋਂ ਮੈਂ ਉਦੋਂ ਸ਼ੁਰੂ ਕੀਤਾ ਸੀਗਾ, ਮੈਂ ਜਦੋਂ ਗਾਉਣਾ ਜਦੋਂ ਸਾਰੇ ਕਿਤੇ ਘੁੰਮ ਕੇ ਗਾਉਣਾ ਹੁੰਦਾ ਸੀਗਾ, ਉਦੋਂ ਵੀ ਮਿੱਤਰ ਤਾਰੇ ਨੂੰ ਗਾਣਾ ਚੰਗਾ ਲੱਗਿਆ ਹੁੰਦਾ ਸੀ, ਉਹ ਧੱਕੇ ਨਾਲ ਜੇਬ 'ਚ ਪੈਸੇ ਪਾ ਜਾਂਦਾ ਹੁੰਦਾ ਸੀਗਾ, ਉਦੋਂ ਪੈਸੇ ਵਾਲਾ ਤਾਂ ਸਾਰੀ ਖੇਡ ਆਪਾਂ ਖਤਮ ਕੀਤੀ ਹੋਈ ਸੀ ਪਹਿਲਾਂ। ਹੁਣ ਇਕੱਲੇ ਨਿਕਲ ਜਾਂਦੇ ਹੋ? ਹਾਂ, ਹੁਣ ਵੀ ਇਕੱਲੇ ਨਿਕਲ ਜਾਂਦੇ। ਰਿਸਪੌਂਸ ਚੰਗਾ ਮਿਲਦਾ? ਮਹਾਰਾਜ ਜਿਹੜਾ ਪਿਆਰ ਮਿਲਦਾ, ਜਿਹੜਾ ਸਿੱਧਾ ਮੁਹੱਬਤ। ਹਾਂ, ਤੇ ਗੀਤ ਛੱਲਾ ਤੁਹਾਡਾ ਆਇਆ ਹੈਗਾ। ਹਾਂਜੀ ਹਾਂਜੀ, ਕਮਾਲ ਦਾ ਗੀਤ ਹੈ। ਸ਼ੁਕਰੀਆ। ਤੇ ਕਿਹੜਾ ਗੀਤ ਸ਼ੁਰੂ ਕਰੋਗੇ ਹੁਣ? ਛੱਲੇ ਤੋਂ ਸ਼ੁਰੂ ਕਰ। ਛੱਲੇ ਤੋਂ ਸ਼ੁਰੂ ਕਰ। ਠੀਕ ਹੈ। ਛੱਲਾ ਮੇਰਾ ਜੀ ਡੋਲਾ, ਕੋਈ ਵਗਦਾ ਪਾਣੀ ਏ, ਸੱਜਣਾ ਤੋਂ ਵਾਰ ਦੇਵਾਂ ਜਿੰਦ ਉਂਝ ਵੀ ਤੇ ਜਾਣੀ ਏ, ਉਹ ਸੱਜਣਾ ਤੋਂ ਵਾਰ ਦੇਵਾਂ ਜਿੰਦ ਉਂਝ ਵੀ ਤੇ ਜਾਣੀ ਏ। ਛੱਲਾ ਮੇਰਾ ਜੀ ਡੋਲਾ, ਇੱਕ ਚਿਮਟਾਈ ਅੱਗ ਜੋਗਾ, ਜਾਂ ਤੂੰ ਸਾਨੂੰ ਆਪ ਰੱਖ ਲੈ ਤੇ ਜਾਂ ਛੱਡ ਦੇਵੇ ਜੱਗ ਜੋਗਾ, ਜਾਂ ਤੂੰ ਸਾਨੂੰ ਆਪ ਰੱਖ ਲੈ ਤੇ ਜਾਂ ਛੱਡ ਦੇਵੇ ਜੱਗ ਜੋਗਾ। ਛੱਲਾ ਮੇਰਾ ਜੀ ਡੋਲਾ, ਸਾਡਾ ਪਿਆਰ ਅਜੀਬ ਹੋਵੇ, ਅੱਖੀਆਂ ਉਹੀਓ ਰੱਖੀਏ ਭਾਵੇਂ ਮਾਇਆ ਗਰੀਬ ਹੋਵੇ, ਵੇ ਅੱਖੀਆਂ ਉਹੀਓ ਰੱਖੀਏ ਭਾਵੇਂ ਮਾਇਆ ਗਰੀਬ ਹੋਵੇ, ਹੋ ਅੱਖੀਆਂ ਉਹੀਓ ਰੱਖੀਏ ਭਾਵੇਂ ਮਾਇਆ ਗਰੀਬ ਹੋਵੇ। ਉਹ ਤੇਰੇ ਰੰਗਾਂ ਨੇ ਮਾਰ ਲਿਆ, ਝੂਠਾ ਕੋਈ ਨਾ ਵੇ, ਦਿਲ ਲੈ ਕੇ ਉਹ ਦਿਲ ਲੈ ਕੇ ਉਹ ਦਿਲ ਲੈ ਕੇ।
ਪਿੰਡ ਦੀ ਸੱਤ ਜਿਹੜੀ ਪੂਰੀ ਸਜੀ ਹੋਈ ਹੈ, ਪੂਰੀ ਭਰੀ ਹੋਈ ਹੈ। ਇਸੇ ਪਿੰਡ ਦਾ ਰਹਿਣ ਵਾਲਾ ਸਾਈਂ ਸੁਲਤਾਨ, ਅੱਜ ਤੁਸੀਂ ਸੁਣਿਆ, ਹੋ ਸਕਦਾ ਤੁਹਾਡੇ ਸ਼ਹਿਰ ਜਾਂ ਤੁਹਾਡੇ ਪਿੰਡ ਇਹ ਗਾਇਕ ਗਾਉਣ ਆਵੇ, ਜ਼ਰੂਰ ਸੁਣਿਓ, ਬੜਾ ਕਮਾਲ ਦਾ ਗਾਇਕੀ ਹੈ ਇਸ ਗਾਇਕ ਦੀ। ਮੈਂ ਚੱਲਾਂ ਅਗਲੇ ਪਿੰਡ, ਜੇਕਰ ਤੁਸੀਂ ਵੀ ਚਾਹੁੰਦੇ ਹੋ ਸਾਨੂੰ ਤੁਹਾਡੇ ਪਿੰਡ ਬੁਲਾਉਣਾ, ਤੁਹਾਡੇ ਪਿੰਡ ਵਿੱਚ ਵੀ ਹੈ ਕੋਈ ਖਾਸੀਅਤ, ਤੁਹਾਡੇ ਪਿੰਡ ਦੇ ਬਜ਼ੁਰਗ ਕਰਦੇ ਨੇ ਗੱਲਾਂ, ਤੁਹਾਡੇ ਪਿੰਡ ਦੇ ਬਜ਼ੁਰਗਾਂ ਦੀ ਆਪਸ ਦੇ ਵਿੱਚ ਸਾਂਝ, ਬੈਠ ਕੇ ਖੇਡਦੇ ਨੇ ਤਾਸ਼, ਤਾਂ ਸਾਡੀ ਟੀਮ ਤੁਹਾਡੇ ਪਿੰਡ ਆਏਗੀ। ਸਾਡਾ ਨੰਬਰ ਤੁਹਾਡੇ ਟੀਵੀ 'ਤੇ ਆ ਰਿਹਾ, ਨੰਬਰ ਡਾਇਲ ਕਰੋ, ਅਸੀਂ ਆਵਾਂਗੇ ਤੁਹਾਡੇ ਪਿੰਡ। ਅਤੇ ਮੈਂ ਚੱਲਦਾ ਅਗਲੇ ਪਿੰਡ, ਤੁਸੀਂ ਸੁਣੋ ਗਾਇਕੀ। ਤੇਰੇ ਰੰਗਾਂ ਨੇ ਮਾਰ ਲਈ